ਸ਼ਾਇਦ ਤੁਹਾਨੂੰ ਸਭ ਨੂੰ ਪਤਾ ਨਾ ਹੋਵੇ ਪਰ ਇਹ ਸੱਚ ਹੈ ਕਿ ਲੰਡਨ ਦੇ ਵਿੱਚ ਜਾਂ ਕਹਿ ਲਈਏ ਕਿ ਬਰਤਾਨੀਆ ਦੇ ਵਿੱਚ ਬੀਬੀਆਂ ਨੂੰ ਵੋਟ ਪਾਉਣ ਦਾ ਹੱਕ ਦਿਵਾਉਣ ਦਾ ਸੇਰਾ ਵੀ ਪੰਜਾਬ ਨੂੰ ਜਾਂਦਾ ਹੈ। ਸ਼ੇਰੇ ਪੰਜਾਬ ਮਹਾਰਾਜਾ ਰਣਜੀਤ ਸਿੰਘ ਦੇ ਖਾਨਦਾਨ ਨੂੰ ਜਾਂਦਾ ਹੈ। ਸ਼ੇਰੇ ਪੰਜਾਬ ਮਹਾਰਾਜਾ ਰਣਜੀਤ ਸਿੰਘ ਦੀ ਸੰਤਾਨ ਅਤੇ ਪੰਜਾਬ ਦੇ ਆਖਰੀ ਸਿੱਖ ਮਹਾਰਾਜੇ ਦਲੀਪ ਸਿੰਘ ਦੀ ਧੀ ਸੋਫੀਆ ਨੇ ਬਰਤਾਨੀਆ ਦੇ ਵਿੱਚ ਬੀਬੀਆਂ ਨੂੰ ਵੋਟ ਪਾਉਣ ਦਾ ਹੱਕ ਦਿਵਾਉਣ ਲਈ ਲੰਬੀ ਲੜਾਈ ਲੜੀ ਸੀ। ਤੇ ਉਸ ਸੰਘਰਸ਼ੀ ਬੀਬੀ ਸੋਫੀਆ ਦੇ ਬਾਰੇ ਹੁਣ ਬਰਤਾਨੀਆਂ ਦੇ ਬੱਚਿਆਂ ਨੂੰ ਦੱਸਿਆ ਜਾਵੇਗਾ ਮਹਾਰਾਜਾ ਦਲੀਪ ਸਿੰਘ ਦੀ ਧੀ ਸੋਫੀਆ ਦੇ ਬਰਤਾਨੀਆਂ ਵਿੱਚ ਵੋਟਾਂ ਦੇ ਹੱਕ ਲਈ ਕੀਤੇ ਗਏ ਸੰਘਰਸ਼ ਤੇ ਬੱਚਿਆਂ ਦੇ ਲਈ ਇੱਕ ਕਿਤਾਬ ਲਿਖੀ ਗਈ ਹੈ ਕਿਤਾਬ ਮਾਈ ਸਟੋਰੀ ਸੋਫੀਆ ਦਲੀਪ ਸਿੰਘ ਇਹ ਕਿਤਾਬ ਦਾ ਨਾਮ ਹੈ ਅਤੇ ਲੇਖਕਾ ਸੋਫੀਆ احمد ਨੇ ਇਸ ਨੂੰ ਲਿਖਿਆ ਹੈ 9 ਤੋਂ 13 ਸਾਲ ਦੇ ਬੱਚਿਆਂ ਦੇ ਲਈ ਖਾਸ ਕਰਕੇ ਇਹ ਕਿਤਾਬ ਲਿਖੀ ਗਈ ਹੈ ਤੇ ਇਹ ਕਿਤਾਬ ਐਂਸ਼ੀਐਂਟ ਹਾਊਸ ਮਿਊਜ਼ੀਅਮ ਨਾਰਥਫੋਕ ਦੇ ਵਿੱਚ ਜਾਰੀ ਕੀਤੀ ਗਈ ਇਸ ਮਿਊਜ਼ੀਅਮ ਨੂੰ ਸੋਫੀਆ ਦਲੀਪ ਸਿੰਘ ਦੇ ਭਰਾ ਫੈਡਰਿਕ ਦਲੀਪ ਸਿੰਘ ਨੇ 1921 ਦੇ ਵਿੱਚ ਕਾਇਮ ਕੀਤਾ ਸੀ ਯਾਨੀ ਕਿ ਮਹਾਰਾਜਾ ਰਣਜੀਤ ਸਿੰਘ ਦੇ ਪੋਤੇ ਨਹੀਂ ਇਹ ਜਿਹੜਾ ਮਿਊਜ਼ੀਅਮ ਹੈ ਉਹ ਬਣਾਇਆ ਸੀ ਲੇਖਕਾ ਸੂਫੀਆ ਅਹਿਮਦ ਨੂੰ ਵੀ ਪਹਿਲਾਂ ਸੂਫੀਆ ਦੇ ਬਾਰੇ ਪਤਾ ਨਹੀਂ ਸੀ ਪਰ ਜਦੋਂ ਵੋਟ ਪਾਉਣ ਦੇ ਇਤਿਹਾਸ ਬਾਰੇ ਖੋਜ ਕੀਤੀ ਤਾਂ ਪਤਾ ਲੱਗਿਆ ਕਿ ਸ਼ੇਰੇ ਪੰਜਾਬ ਮਹਾਰਾਜਾ ਰਣਜੀਤ ਸਿੰਘ ਦੀ ਪੋਤਰੀ ਅਤੇ ਮਹਾਰਾਜਾ ਦਲੀਪ ਸਿੰਘ ਦੀ ਧੀ ਨੇ ਇਹ ਲੰਬੀ ਲੜਾਈ ਲੜੀ ਹੈ ਸੂਫੀਆ ਨੇ ਕਿਹਾ ਕਿ ਮੈਨੂੰ ਉਹਨਾਂ ਬਾਰੇ ਪਤਾ ਨਹੀਂ ਸੀ ਤੇ ਮੈਂ ਇਹ ਜਾਣ ਕੇ ਹੈਰਾਨ ਸੀ ਕਿ ਔਰਤਾਂ ਦੇ ਵੋਟਾਂ ਦੇ ਹੱਕ ਲਈ ਲੜਨ ਵਾਲੀ ਕੋਈ ਮੇਰੇ ਵਰਗੀ ਲੱਗਦੀ ਸੀ ਜਿੰਨਾ ਲੋਕਾਂ ਬਾਰੇ ਅਸੀਂ ਸਕੂਲਾਂ ਵਿੱਚ ਪੜ੍ਹਦੇ ਹਾਂ ਉਹਨਾਂ ਨੂੰ ਅਸੀਂ ਸਾਰੀ ਉਮਰ ਯਾਦ ਰੱਖਦੇ ਹਾਂ ਕਹਿੰਦੇ ਮੈਨੂੰ ਪਤਾ ਹੈ ਕਿ ਉਹਨਾਂ ਦੀ ਕਹਾਣੀ ਬੱਚਿਆਂ ਨੂੰ ਜ਼ਰੂਰ ਪ੍ਰੇਰਿਤ ਕਰੇਗੀ ਉਹਨਾਂ ਨੇ ਰੰਗ ਵਾਲੀਆਂ ਔਰਤਾਂ ਦੇ ਵਜੋਂ ਸੰਘਰਸ਼ ਕੀਤਾ ਪਰ ਬ੍ਰਿਟਾਨੀਆਂ ਨੂੰ ਆਪਣੇ ਘਰ ਵਜੋਂ ਚੁਣਿਆ ਉਹ ਸ਼ਰਮੀਲੇ ਸਨ ਪਰ ਫੈਸ਼ਨ ਵੀ ਕਰਦੇ ਸਨ ਦ੍ਰਿੜ ਇਰਾਦੇ ਵਾਲੇ ਸਨ ਤੇ ਲੋਕ ਉਹਨਾਂ ਨੂੰ ਪਸੰਦ ਕਰਦੇ ਸੀ ਸੋਫੀਆ ਦਲੀਪ ਸਿੰਘ ਬਾਰੇ ਤੁਹਾਨੂੰ ਥੋੜੀ ਹੋਰ ਜਾਣਕਾਰੀ ਦੇ ਦਿੰਦੇ ਹਾਂ ਪੰਜਾਬ ਦੇ ਆਖਰੀ ਸਿੱਖ ਮਹਾਰਾਜਾ ਦਲੀਪ ਸਿੰਘ ਦੀ ਧੀ ਸੋਫੀਆ ਦਲੀਪ ਸਿੰਘ ਦਾ ਪਾਲਣ ਪੋਸ਼ਣ ਬ੍ਰਿਟਾਨੀਆਂ ਦੇ ਐਲਵਿਡਨ ਦੇ ਵਿੱਚ ਨਾਰਥ ਫੋਕਸ ਸਾਊਥ ਫੋਕਸ ਬਾਰਡਰ ਤੇ ਹੋਇਆ ਯਾਨੀ ਕਿ ਬਰਤਾਨੀਆਂ ਦੇ ਵਿੱਚ ਹੀ ਜਨਮ ਹੋਇਆ ਸੀ ਉੱਥੇ ਹੀ ਪਾਲਣ ਪੋਸ਼ਣ ਹੋਇਆ ਪਰ ਜਿਹੜਾ ਖੂਨ ਹੈ ਕਿਤੇ ਨਾ ਕਿਤੇ ਪੰਜਾਬ ਦਾ ਦੌੜਦਾ ਸੀ ਰਗਾਂ ਦੇ ਵਿੱਚ ਅਤੇ ਉਹ ਸੰਘਰਸ਼ ਹੈ ਜਿਹੜਾ ਉੱਥੋਂ ਦੇ ਲੋਕਾਂ ਨੂੰ ਹੱਕ ਦਿਵਾਉਣ ਦੇ ਲਈ ਕੀਤਾ ਗਿਆ ਹਾਲਾਂਕਿ ਪੰਜਾਬ ਦੇ ਵਿੱਚ ਰਾਜ ਜ਼ਰੂਰ ਖੁੱਸਿਆ ਮਹਾਰਾਜਾ ਦਲੀਪ ਸਿੰਘ ਦਾ ਜਿਸ ਤਰੀਕੇ ਦੇ ਨਾਲ ਦਰਦਨਾਕ ਅੰਤ ਹੋਇਆ ਹੈ ਉਹ ਹਰ ਕਿਸੇ ਪੰਜਾਬੀ ਨੂੰ ਹਲੂਣ ਜਾਂਦਾ ਹੈ ਜੋ ਵੀ ਉਸ ਇਤਿਹਾਸ ਨੂੰ ਪੜਦਾ ਹੈ ਫਿਰ ਜਵਾਨੀ ਦੇ ਵਿੱਚ ਹੀ ਰਾਜਕੁਮਾਰੀ ਨੇ ਬਰਤਾਨੀਆਂ ਦੇ ਵਿੱਚ ਰਹਿ ਰਹੀਆਂ ਔਰਤਾਂ ਦੇ ਵੋਟ ਦੇ ਹੱਕ ਦੀ ਮੰਗ ਲਈ ਆਵਾਜ਼ ਚੁੱਕੀ ਤੇ ਇਸ ਲਈ ਆਪਣੇ ਸ਼ਾਹੀ ਰੁਤਬੇ ਨੂੰ ਵੀ ਸੋਫੀਆ ਨੇ ਦਾ ਤਿਲਾ ਦਿੱਤਾ ਸੀ ਲੇਖਕਾ ਸੂਫੀਆ ਅਹਿਮਦ ਦਾ ਕਹਿਣਾ ਹੈ ਕਿ ਵੱਡੀ ਉਮਰ ਵਿੱਚ ਸੋਫੀਆ ਦਲੀਪ ਸਿੰਘ ਨੇ ਆਪਣੇ ਜੀਵਨ ਉਦੇਸ਼ ਦੀ ਭਾਲ ਕਰਨੀ ਸ਼ੁਰੂ ਕੀਤੀ ਉਸ ਤੋਂ ਪਹਿਲਾਂ ਉਹਨਾਂ ਦੀ ਜ਼ਿੰਦਗੀ ਵੀ ਇੱਕ ਆਮ ਬ੍ਰਿਟਨ ਔਰਤ ਵਰਗੀ ਸੀ ਸਮੇਂ ਦੇ ਨਾਲ ਉਹ ਔਰਤਾਂ ਦੇ ਹੱਕਾਂ ਦੇ ਲਈ ਬੋਲਣ ਲੱਗੇ ਵਿਮਨਸ ਸੋਸ਼ਲ ਐਂਡ ਪੋਲਿਟਿਕਲ ਯੂਨੀਅਨ ਤੋਂ ਇਲਾਵਾ ਵਿਮਨਸ ਟੈਕਸ ਰਿਸਿਸਟੈਂਸ ਲੀਗ ਦੇ ਵੀ ਉਹ ਮੈਂਬਰ ਰਹੇ ਇਸ ਲੀਗ ਦਾ ਨਾਰਾ ਸੀ ਵੋਟ ਨਹੀਂ ਤਾਂ ਟੈਕਸ ਨਹੀਂ ਤੇ 1910 ਦਾ ਉਹ ਸਮਾਂ ਸੀ ਜਦੋਂ ਰਾਜਕੁਮਾਰੀ ਸੋਫੀਆ ਨੇ ਬਰਤਾਨੀਆਂ ਦੀ ਪਾਰਲੀਮੈਂਟ ਤੱਕ 400 ਮੀਟਰ ਲੰਬੇ ਮੁਜ਼ਾਰੇ ਦੀ ਅਗਵਾਈ ਕੀਤੀ ਸੀ ਤਸਵੀਰਾਂ ਨੇ ਜਿਹੜੀਆਂ ਹੁਣ ਵੀ ਮੌਜੂਦ ਨੇ ਉਸ ਮੁਜ਼ਾਰੇ ਦੀਆਂ ਬਾਅਦ ਵਿੱਚ ਉਸ ਦਿਨ ਨੂੰ ਕਾਲੇ ਦਿਨ ਦੇ ਵਜੋਂ ਕਾਲੇ ਸ਼ੁੱਕਰਵਾਰ ਦੇ ਵਜੋਂ ਜਾਣਿਆ ਗਿਆ ਤੇ ਸੋਫੀਆ ਦਲੀਪ ਸਿੰਘ ਕਹਿੰਦੇ ਅਕਸਰ ਹੀ ਆਪਣੇ ਹੈਮਟਨ ਕੋਰਟ ਪੈਲੈਸ ਵਾਲੇ ਘਰ ਦੇ ਬਾਹਰ ਸਫਰ ਗੇਟ ਅਖਬਾਰ ਵੇਚਦੇ ਦੇਖੇ ਜਾਂਦੇ ਸੀ ਸੋਫੀਆ ਦੇ ਪਿਤਾ ਤੇ ਮਹਾਰਾਜਾ ਰਣਜੀਤ ਸਿੰਘ ਦੇ ਪੁੱਤਰ ਮਹਾਰਾਜਾ ਦਲੀਪ ਸਿੰਘ ਨੂੰ 1840 ਦੇ ਵਿੱਚ ਪੰਜਾਬ ਤੇ ਅੰਗਰੇਜ਼ਾਂ ਦਾ ਅਧਿਕਾਰ ਹੋਣ ਤੋਂ ਬਾਅਦ ਦੇਸ਼ ਨਿਕਾਲਾ ਦੇ ਦਿੱਤਾ ਗਿਆ ਸੀ ਬੜੀ ਚਲਾਕੀ ਦੇ ਨਾਲ ਮਹਾਰਾਜਾ ਦਲੀਪ ਸਿੰਘ ਨੇ ਭਾਰਤ ਆਉਣ ਦੀਆਂ ਕਈ ਨਾਕਾਮ ਕੋਸ਼ਿਸ਼ਾਂ ਕੀਤੀਆਂ ਬਹੁਤ ਉਹਨਾਂ ਨੇ ਵੱਡੀਆਂ ਕੋਸ਼ਿਸ਼ਾਂ ਕੀਤੀਆਂ ਸੀ بڑے ਮੁਲਕਾਂ ਨੂੰ ਨਾਲ ਲੈ ਕੇ ਚੱਲਣ ਦੀ ਕੋਸ਼ਿਸ਼ ਕੀਤੀ ਸੀ ਭਾਰਤ ਨਹੀਂ ਪਹੁੰਚ ਸਕੇ ਪਰ ਹੋਰ ਕਈ ਮੁਲਕਾਂ ਦੇ ਵਿੱਚੋਂ ਪਹੁੰਚ ਗਏ ਸੀ ਵਾਇਆ ਆਉਣਾ ਚਾਹੁੰਦੇ ਸੀ ਪਰ ਨਹੀਂ ਆ ਸਕੇ ਉਹਨਾਂ ਨੇ ਆਪਣੇ ਵਿੱਤੀ ਸਾਧਨਾਂ ਦੀ ਵਰਤੋਂ ਕਰਕੇ ਲੈਵਡਨ ਹਾਲ ਖਰੀਦਿਆ ਸੀ ਜਿੱਥੇ ਉਹਨਾਂ ਦੀ ਪਤਨੀ ਤੇ ਬੱਚੇ ਰਹਿੰਦੇ ਰਹੇ ਮਹਾਰਾਜਾ ਦਲੀਪ ਸਿੰਘ ਦੇ ਤਤਕਾਲੀ ਮਹਾਰਾਣੀ ਵਿਕਟੋਰੀਆ ਨੇ ਪਰਿਵਾਰ ਨੂੰ ਬਾਅਦ ਵਿੱਚ ਹੈਮਪਟਨ ਕੋਰਟ ਪੈਲੇਸ ਦੇ ਵਿੱਚ ਇੱਕ ਅਪਾਰਟਮੈਂਟ ਵੀ ਦਵਾਇਆ ਸੀ ਰਾਜਕੁਮਾਰੀ ਸੋਫੀਆ ਦੀ 71 ਸਾਲ ਦੀ ਉਮਰ ਵਿੱਚ 22 ਅਗਸਤ 1948 ਨੂੰ ਮੌਤ ਹੋ ਗਈ ਸੀ ਨਾਰਫੋਕ ਮਿਊਜ਼ੀਅਮ ਸਰਵਿਸ ਦੀ ਮਿਲੈਸਾ ਹਾਕਰ ਨੇ ਕਿਹਾ ਕਿ ਸ਼ਾਹੀ ਰੁਤਬੇ ਨੇ ਸੋਫੀਆ ਦੀ ਰੱਖਿਆ ਵੀ ਕੀਤੀ ਅਤੇ ਰੁਕਾਵਟ ਵੀ ਬਣੀ ਜਿਸ ਮਿਊਜ਼ੀਅਮ ਨੂੰ ਮਹਾਰਾਜਾ ਦਲੀਪ ਸਿੰਘ ਦੇ ਪੁੱਤ ਨੇ ਬਣਾਇਆ ਸੀ ਉਸ ਮਿਊਜ਼ੀਅਮ ਸਰਵਿਸ ਦੀ ਜਿਹੜੀ ਮਿਲੈਸਾ ਹਾਕਰ ਉਸ ਦਾ ਇਹ ਬਿਆਨ ਹੈ ਉਹਨਾਂ ਨੇ ਕਿਹਾ ਕਿ ਬੱਚਿਆਂ ਨੂੰ ਪਸੰਦ ਹੈ ਕਿ ਜੋ ਉਹਨਾਂ ਨੂੰ ਸਹੀ ਲੱਗਿਆ ਉਹਨਾਂ ਉਸ ਦੇ ਲਈ ਉਹ ਕਿੰਨੀ ਦ੍ਰਿੜਤਾ ਦੇ ਨਾਲ ਲੜੇ ਹਾਲਾਂਕਿ ਕਹਿੰਦੇ ਸੋਫੀਆ ਦਾ ਸਟੈਂਡ ਇੱਕ ਦੋ ਤਾਰੀ ਤਲਵਾਰ ਦੇ ਵਾਂਗ ਸੀ ਉਹ ਪੰਜਾਬ ਦੀ ਰਾਜਕੁਮਾਰੀ ਸੀ ਮਹਾਰਾਣੀ ਵਿਕਟੋਰੀਆ ਦੀ ਧਰਮ ਬੇਟੀ ਸੀ ਬਰਾਬਰੀ ਤੇ ਨਿਆਂ ਦੇ ਲਈ ਲੜੀ ਸੀ ਉਹ ਬਹੁਤ ਅਦੁੱਪਤ ਇਸਤਰੀ ਸੀ ਸੁਮਹਾਰਾ ਰਣਜੀਤ ਸਿੰਘ ਦੇ ਰਾਜ ਦੇ ਆਖਰੀ ਸਿੱਖ ਮਹਾਰਾਜੇ ਨੂੰ ਲੋਕ ਰਹਿੰਦੀ ਦੁਨੀਆ ਤੱਕ ਯਾਦ ਕਰਦੇ ਰਹਿਣਗੇ ਮਹਾਰਾਜਾ ਦਲੀਪ ਸਿੰਘ ਪੰਜਾਬ ਆਉਣ ਦੀ ਸਿੱਖ ਲੈ ਕੇ ਹੀ ਇਸ ਦੁਨੀਆ ਤੋਂ ਚਲੇ ਗਏ ਸੀ ਤੇ ਉਹਨਾਂ ਦੀਆਂ ਹੱਡੀਆਂ ਹਾਲੇ ਵੀ ਮੁਲਕ ਤੋਂ ਬਾਹਰ ਨੇ ਜਿਹੜੀਆਂ ਉਹ ਪਈਆਂ ਨੇ